ਬੈਂਕ 'ਚ ਵੜੇ ਲੁਟੇਰੇ, ਹਥਿਆਰਾਂ ਨਾਲ ਹੋਏ ਦਾਖਲ, ਮੌਕੇ ਤੇ ਕੱਢਿਆ ਫਾਇਰ, ਸੀਸੀਟੀਵੀ 'ਚ ਹੋਏ ਕੈਦ। ਤਾਂ ਦੱਸ ਦਈਏ ਕਿ ਦੋ ਲੁਟੇਰੇ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਦੇ ਲਈ ਦਾਖਲ ਹੁੰਦੇ ਨੇ, ਤਾਂ ਇਹਨਾਂ ਦੇ ਕੋਲ ਮੌਕੇ ਤੇ ਹਥਿਆਰ ਵੀ ਹੁੰਦੇ ਨੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਜਿਵੇਂ ਇਹ ਦਾਖਲ ਹੁੰਦੇ ਨੇ ਤਾਂ ਗੇਟ ਦੇ ਕੋਲ ਖੜੇ ਲੋਕ ਮੌਕਾ ਵੇਖ ਕੇ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਨੇ, ਤਾਂ ਫਿਰ ਇਹਨਾਂ ਦੇ ਵੱਲੋਂ ਬੰਦੂਕ ਦੇ ਨਾਲ ਮੌਕੇ ਤੇ ਲੋਕਾਂ ਨੂੰ ਡਰਾਇਆ ਜਾਂਦਾ ਹੈ। ਤਾਂ ਇੱਕ ਲੁਟੇਰਾ ਗੇਟ ਤੇ ਜਾਂਦਾ ਹੈ ਤੇ ਫਿਰ ਦੂਸਰੇ ਨੂੰ ਆਵਾਜ਼ ਲਗਾਉਂਦਾ ਹੈ ਤੇ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਤੇ ਜਾਂਦੇ ਜਾਂਦੇ ਇਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਇਆ, ਜਿੱਥੇ ਦੋ ਲੁਟੇਰਿਆਂ ਦੀ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਤਾਂ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਲੁਟੇਰਿਆਂ ਦੀ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ, ਤਾਂ ਇਹ ਤਾਂ ਇੱਕ ਮਿੰਟ ਦੇ ਵਿੱਚ ਹੀ ਆ ਕੇ ਬੈਂਕ ਤੋਂ ਚਲੇ ਜਾਂਦੇ ਨੇ। ਤਾਂ ਮਾਰੂ ਹਥਿਆਰ ਸੀ ਇਹਨਾਂ ਦੇ ਕੋਲ, ਗੋਲੀ ਵੀ ਚਲਾ ਦਿੱਤੀ ਜਾਂਦੀ ਹੈ, ਪਰ ਇਹ ਕਿਸੇ ਕਾਰਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿ ਜਿਵੇਂ ਇਹ ਦਾਖਲ ਹੁੰਦੇ ਨੇ ਇਹਨਾਂ ਦੇ ਮੂੰਹ ਤੇ ਕੱਪੜਾ ਟਕਿਆ ਹੁੰਦਾ ਤਾਂ ਕਿ ਇਹਨਾਂ ਨੂੰ ਕੋਈ ਪਹਿਚਾਣ ਨਾ ਸਕੇ, ਤੇ ਫਿਰ ਇਹਨਾਂ ਦੇ ਵੱਲੋਂ ਹਥਿਆਰ ਕੱਢੇ ਜਾਂਦੇ ਨੇ ਜਿਸ ਨੂੰ ਵੇਖ ਕੇ ਮੌਕੇ ਤੇ ਲੋਕ ਡਰ ਜਾਂਦੇ ਨੇ ਤੇ ਆਪਣੀ ਜਾਨ ਬਚਾ ਕੇ ਇੱਥੋਂ ਕਈ ਲੋਕ ਭੱਜ ਵੀ ਜਾਂਦੇ ਨੇ, ਜਿਸ ਤੋਂ ਬਾਅਦ ਇਹ ਲੁਟੇਰੇ ਵੀ ਮੌਕੇ ਤੋਂ ਫਰਾਰ ਹੋ ਗਏ। ਬੈਂਕ 'ਚ ਵੜੇ ਲੁਟੇਰੇ, ਹਥਿਆਰਾਂ ਨਾਲ ਹੋਏ ਦਾਖਲ, ਮੌਕੇ ਤੇ ਕੱਢਿਆ ਫਾਇਰ, ਸੀਸੀਟੀਵੀ 'ਚ ਹੋਏ ਕੈਦ। ਤਾਂ ਦੱਸ ਦਈਏ ਕਿ ਦੋ ਲੁਟੇਰੇ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਦੇ ਲਈ ਦਾਖਲ ਹੁੰਦੇ ਨੇ, ਤਾਂ ਇਹਨਾਂ ਦੇ ਕੋਲ ਮੌਕੇ ਤੇ ਹਥਿਆਰ ਵੀ ਹੁੰਦੇ ਨੇ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਜਿਵੇਂ ਇਹ ਦਾਖਲ ਹੁੰਦੇ ਨੇ ਤਾਂ ਗੇਟ ਦੇ ਕੋਲ ਖੜੇ ਲੋਕ ਮੌਕਾ ਵੇਖ ਕੇ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਨੇ, ਤਾਂ ਫਿਰ ਇਹਨਾਂ ਦੇ ਵੱਲੋਂ ਬੰਦੂਕ ਦੇ ਨਾਲ ਮੌਕੇ ਤੇ ਲੋਕਾਂ ਨੂੰ ਡਰਾਇਆ ਜਾਂਦਾ ਹੈ। ਤਾਂ ਇੱਕ ਲੁਟੇਰਾ ਗੇਟ ਤੇ ਜਾਂਦਾ ਹੈ ਤੇ ਫਿਰ ਦੂਸਰੇ ਨੂੰ ਆਵਾਜ਼ ਲਗਾਉਂਦਾ ਹੈ ਤੇ ਦੋਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਤੇ ਜਾਂਦੇ ਜਾਂਦੇ ਇਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਇਆ, ਜਿੱਥੇ ਦੋ ਲੁਟੇਰਿਆਂ ਦੀ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਤਾਂ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਲੁਟੇਰਿਆਂ ਦੀ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ, ਤਾਂ ਇਹ ਤਾਂ ਇੱਕ ਮਿੰਟ ਦੇ ਵਿੱਚ ਹੀ ਆ ਕੇ ਬੈਂਕ ਤੋਂ ਚਲੇ ਜਾਂਦੇ ਨੇ। ਤਾਂ ਮਾਰੂ ਹਥਿਆਰ ਸੀ ਇਹਨਾਂ ਦੇ ਕੋਲ, ਗੋਲੀ ਵੀ ਚਲਾ ਦਿੱਤੀ ਜਾਂਦੀ ਹੈ, ਪਰ ਇਹ ਕਿਸੇ ਕਾਰਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿ ਜਿਵੇਂ ਇਹ ਦਾਖਲ ਹੁੰਦੇ ਨੇ ਇਹਨਾਂ ਦੇ ਮੂੰਹ ਤੇ ਕੱਪੜਾ ਟਕਿਆ ਹੁੰਦਾ ਤਾਂ ਕਿ ਇਹਨਾਂ ਨੂੰ ਕੋਈ ਪਹਿਚਾਣ ਨਾ ਸਕੇ, ਤੇ ਫਿਰ ਇਹਨਾਂ ਦੇ ਵੱਲੋਂ ਹਥਿਆਰ ਕੱਢੇ ਜਾਂਦੇ ਨੇ ਜਿਸ ਨੂੰ ਵੇਖ ਕੇ ਮੌਕੇ ਤੇ ਲੋਕ ਡਰ ਜਾਂਦੇ ਨੇ ਤੇ ਆਪਣੀ ਜਾਨ ਬਚਾ ਕੇ ਇੱਥੋਂ ਕਈ ਲੋਕ ਭੱਜ ਵੀ ਜਾਂਦੇ ਨੇ, ਜਿਸ ਤੋਂ ਬਾਅਦ ਇਹ ਲੁਟੇਰੇ ਵੀ ਮੌਕੇ ਤੋਂ ਫਰਾਰ ਹੋ ਗਏ।